ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਕਲਗੀਧਰ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰਕ ਵਿਛੋੜੇ ਦੇ ਔਰ ਸਾਹਿਬਜ਼ਾਦਿਆਂ ਦੇ ਸ਼ਹੀਦੀਆਂ ਦੇ ਦਿਨ ਚੱਲਦੇ ਹਨ, ਜਿੱਥੇ ਦੇਸ਼ ਵਿਦੇਸ਼ ਔਰ ਪੰਜਾਬ ਦੇ ਵਿੱਚ ਇਹ ਦਿਨ ਸਿੱਖ ਔਰ ਪੰਜਾਬੀ ਮਨਾਉਂਦੇ ਹਨ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਵੀ ਕਰਾਏ ਜਾਂਦੇ ਹਨ। ਇਸ ਸਾਲ ਸ਼ਹੀਦੀ ਮੌਕੇ 'ਤੇ ਫਤਿਹ ਸਾਹਿਬਗੜ੍ਹ ਦੀ ਧਰਤੀ ਦੇ ਉੱਪਰ ਸੰਗਤਾਂ ਹੁੰਮ ਹੁਮਾ ਕੇ ਪਹੁੰਚੀਆਂ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਵਿੱਚ ਰੱਖੇ ਗਏ ਸਮਾਗਮ ਦੇ ਉੱਪਰ ਭਾਰੀ ਸੰਗਤ ਨੇ ਹਾਜ਼ਰੀ ਭਰੀ। ਇਸ ਮੌਕੇ 'ਤੇ ਇੱਕ ਬੜੀ ਹੀ ਅਨੋਖੀ ਘਟਨਾ ਵਾਪਰੀ, ਜੋ ਇਹ ਦਰਸਾਉਂਦੀ ਹੈ ਕਿ ਭਾਵੇਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਹਨ, ਭਾਵੇਂ ਅਨੇਕਾਂ ਹੀ ਸਿੰਘ ਸ਼ਹੀਦ ਹੋ ਗਏ ਹਨ, ਪਰ ਫਿਰ ਵੀ ਉਹਨਾਂ ਸ਼ਹੀਦਾਂ ਸਿੰਘਾਂ ਦੀਆਂ ਰੂਹਾਂ ਅੱਜ ਵੀ ਉੱਥੇ ਹੀ ਹਾਜ਼ਰ ਹਨ, ਜਿਸ ਕਾਰਨ ਉੱਥੇ ਜਾਣ ਵਾਲੀਆਂ ਸੰਗਤਾਂ ਨੂੰ ਬਹੁਤ ਜਪੀ ਤਪੀ ਰੂਹਾਂ ਨੂੰ ਉਹਨਾਂ ਦੇ ਦਰਸ਼ਨ ਵੀ ਹੁੰਦੇ ਹਨ ਔਰ ਕੁਝ ਅਜਿਹੇ ਸੰਕੇਤ ਵੀ ਮਿਲਦੇ ਹਨ, ਜਿਸ ਕਾਰਨ ਅਸੀਂ ਇਹ ਪੂਰਨ ਰੂਪ ਵਿੱਚ ਕਹਿ ਸਕਦੇ ਹਾਂ ਕਿ ਉੱਥੇ ਸਿੰਘਾਂ ਦਾ ਸ਼ਹੀਦੀ ਰੂਹਾਂ ਦਾ ਪੈਰਾ ਲੱਗਿਆ ਹੋਇਆ ਹੈ। 2 ਦਿਨ ਪਹਿਲਾਂ ਜਦੋਂ ਸਾਹਿਬਜ਼ਾਦਿਆਂ ਦੇ ਸਮਾਗਮ ਦੇ ਲਈ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਹੋਈ ਔਰ ਕੀਰਤਨ ਦਰਬਾਰ ਸੱਜੇ, ਤਾਂ ਉੱਥੇ ਇੱਕ ਬੜੀ ਹੀ ਅਨੋਖੀ ਘਟਨਾ ਘਟੀ। ਗੁਰਦੁਆਰਾ ਸਾਹਿਬ ਜੀ ਦੇ ਉੱਪਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਜਾਂ ਦੇ ਵਰਗੇ ਅਨੇਕਾਂ ਹੀ ਵਾਜ ਗੁਰਦੁਆਰਾ ਸਾਹਿਬ ਜੀ ਦੇ ਆਲੇ ਦੁਆਲੇ ਚੱਕਰ ਲਗਾਉਂਦੇ ਹੋਏ ਦਿਖੇ। ਆਪ ਜੀ ਨੂੰ ਦੱਸ ਦਈਏ ਕਿ ਕਈਆਂ ਸੰਗਤਾਂ ਦਾ ਇਹ ਵੀ ਸੋਚਣਾ ਹੈ ਕਿ ਇਹ ਕੋਈ ਐਕਸੀਡੈਂਟਲੀ ਵੀ ਹੋ ਸਕਦਾ ਹੈ, ਇਹ ਆਮ ਵੀ ਉੱਥੇ ਬਾਜ ਘੁੰਮ ਸਕਦੇ ਹਨ, ਪਰ ਆਪ ਜੀ ਨੂੰ ਦੱਸ ਦਈਏ ਕਿ ਕਿਉਂ ਇਹ ਅਜਿਹੇ ਸਾਹਿਬਜ਼ਾਦੇ ਸ਼ਹੀਦੀਆਂ ਦੇ ਮੌਕੇ ਦੇ ਉੱਤੇ ਜਾਂ ਪੰਜਾਬ ਦੇ ਵਿੱਚ ਹੋਰ ਅਨੇਕਾਂ ਮੁੱਖ ਕਾਰਨ ਕਰਕੇ ਹੀ ਬਾਜ ਕਿਉਂ ਦਿਖਦੇ ਹਨ। ਕਹਿੰਦੇ ਹਨ ਕਿ ਜਦੋਂ ਇੰਦਰਾ ਗਾਂਧੀ ਨੂੰ ਸਤਵੰਤ ਸਿੰਘ ਔਰ ਬੇਅੰਤ ਸਿੰਘ ਉਸ ਨੂੰ ਗੋਲੀ ਨਾਲ ਅੜਾਉਣ ਗਏ, ਤਾਂ ਉਸ ਸਮੇਂ ਸਤਵੰਤ ਸਿੰਘ ਨੂੰ ਇੰਦਰਾ ਗਾਂਧੀ ਦੀ ਕੋਠੀ ਦੇ ਉੱਪਰ ਇੱਕ ਬਾਜ ਘੁੰਮਦਾ ਹੋਇਆ ਦਿਖਾਈ ਦਿੱਤਾ, ਜੋ ਕਿ ਉਸ ਨੂੰ ਪਿਛਲੇ 3-4 ਦਿਨ ਤੋਂ ਦਿਖਾਈ ਦੇ ਰਿਹਾ ਸੀ। ਤਾਂ ਜਦੋਂ ਉਸ ਨੇ ਇਹ ਗੱਲ ਬੇਅੰਤ ਸਿੰਘ ਨਾਲ ਕੀਤੀ ਤਾਂ ਬੇਅੰਤ ਸਿੰਘ ਦਾ ਇਹ ਕਹਿਣਾ ਸੀ ਕਿ ਇਹ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਾਜ ਹੈ, ਜੋ ਇਹ ਦੱਸ ਰਿਹਾ ਹੈ ਕਿ ਇਸ ਇੰਦਰਾ ਤੋਂ ਦਰਬਾਰ ਸਾਹਿਬ ਦੇ ਉੱਪਰ ਹੋਏ ਅਟੈਕ ਦਾ ਬਦਲਾ ਲਿਆ ਜਾਵੇ। ਤਾਂ ਬੇਅੰਤ ਸਿੰਘ ਨੇ ਇਹ ਦੱਸਿਆ ਤਾਂ ਸਤਵੰਤ ਸਿੰਘ ਨੇ ਅੱਗਿਓਂ ਸਵਾਲ ਕੀਤਾ ਕਿ ਉਵੇਂ ਵੀ ਇਹ ਬਾਜ ਇੱਥੇ ਘੁੰਮ ਸਕਦਾ ਹੈ, ਇਹ ਜ਼ਰੂਰੀ ਤਾਂ ਨਹੀਂ। ਤਾਂ ਕੁਝ ਦਿਨ ਬਾਅਦ ਬੰਗਲਾ ਸਾਹਿਬ ਦੇ ਵਿੱਚ ਉਹ ਜਦੋਂ ਮੱਥਾ ਟੇਕਣ ਗਿਆ ਤੇ ਉੱਥੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਉਹਨੂੰ ਬਾਜ ਘੁੰਮਦਾ ਹੋਇਆ ਦਿਖਾਈ ਦਿੱਤਾ, ਜੋ ਕਿ ਪਹਿਲਾਂ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਘੁੰਮਦਾ ਰਿਹਾ, ਫਿਰ ਨਿਸ਼ਾਨ ਸਾਹਿਬ ਦੇ ਬੈਠ ਕੇ ਉਹ ਉੱਥੇ ਮਰ ਗਿਆ ਔਰ ਥੱਲੇ ਡਿੱਗ ਪਿਆ, ਜਿਸ ਤੋਂ ਬਾਅਦ ਉੱਥੇ ਸਾਰੀ ਹੀ ਸੰਗਤ ਦੇ ਵਿੱਚ ਬੜਾ ਹੀ ਡਰ ਦਾ ਮਾਹੌਲ ਪੈਦਾ ਹੋ ਗਿਆ। ਇਹ ਘਟਨਾ ਬੇਅੰਤ ਸਿੰਘ ਨੇ ਦੇਖੀ ਸੀ ਔਰ ਇਸ ਦੇ ਬਾਰੇ ਉਹਨਾਂ ਨੇ ਸਤਵੰਤ ਸਿੰਘ ਨੂੰ ਦੱਸਿਆ ਸੀ। ਜਦੋਂ ਸਤਵੰਤ ਸਿੰਘ ਨੇ ਇਹ ਗੱਲ ਸੁਣੀ ਤਾਂ ਸਤਵੰਤ ਸਿੰਘ ਨੇ ਆਪਣੇ ਮਨ ਵਿੱਚ ਇਹ ਖਿਆਲ ਕੀਤਾ, ਅਗਰ ਇਹ ਵਾਕਈ ਹੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਾਜ ਹੈ, ਤਾਂ ਇਹ ਕਹਿ ਰਿਹਾ ਕਿ ਇੰਦਰਾ ਗਾਂਧੀ ਤੋਂ ਦਰਬਾਰ ਸਾਹਿਬ ਦਾ ਅਟੈਕ ਦਾ ਬਦਲਾ ਲਿਆ ਜਾਵੇ, ਇਸ ਇੰਦਰਾ ਨੂੰ ਮਾਰਿਆ ਜਾਵੇ, ਤਾਂ ਫਿਰ ਇਹ ਬਾਜ ਮੇਰੇ ਹੱਥ ਦੇ ਉੱਪਰ ਆ ਕੇ ਬੈਠ ਜਾਵੇ। ਤਾਂ ਇਸ ਤਰ੍ਹਾਂ ਉਹ ਬੇਅੰਤ ਸਿੰਘ ਨੇ ਆਪਣਾ ਹੱਥ ਉੱਪਰ ਕਰਕੇ ਖੜਾ ਹੋ ਗਿਆ, ਤਾਂ ਬਾਜ ਇਕਦਮ ਇੰਦਰਾ ਦੀ ਕੋਠੀ ਤੋਂ ਉੱਠਿਆ ਔਰ ਉਸ ਕੋਠੀ ਦੇ ਆਲੇ ਦੁਆਲੇ ਉਸਨੇ ਚੱਕਰ ਲਗਾਇਆ, ਫਿਰ ਉਹ ਬਾਜ ਬੇਅੰਤ ਸਿੰਘ ਦੇ ਹੱਥ ਦੇ ਉੱਪਰ ਆ ਕੇ ਬੈਠ ਗਿਆ। ਤਾਂ ਬੇਅੰਤ ਸਿੰਘ ਬੜਾ ਹੈਰਾਨ ਹੋਇਆ ਕਿ ਇਹ ਬਹਾਨਾ ਕੀ ਵਰਤਿਆ, ਜਿਸ ਤੋਂ ਬਾਅਦ ਫਿਰ ਸਤਵੰਤ ਸਿੰਘ ਔਰ ਬੇਅੰਤ ਸਿੰਘ ਨੇ ਇੰਦਰਾ ਤੋਂ ਉਸਦੇ ਕੀਤੇ ਹੋਏ ਦਰਬਾਰ ਸਾਹਿਬ ਦੇ ਉੱਪਰ ਅਟੈਕ ਔਰ ਗੁਨਾਹ ਦਾ ਬਦਲਾ ਲਿਆ। ਇਸੇ ਤਰ੍ਹਾਂ ਹੀ ਜਦੋਂ ਜਦੋਂ ਵੀ ਅਜਿਹੀਆਂ ਘਟਨਾਵਾਂ ਘਟਦੀਆਂ ਹਨ, ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਾਜ ਥਾਂ ਥਾਂ 'ਤੇ ਦਿਖਦਾ ਹੈ। ਦਿੱਲੀ ਵਿੱਚ ਜਦੋਂ ਕਿਸਾਨਾਂ ਦੀਆਂ ਔਰ ਨਿਹੰਗ ਸਿੰਘ ਦੀਆਂ ਫੌਜਾਂ ਪਹੁੰਚੀਆਂ ਸਨ ਬਿੱਲ ਨੂੰ ਬੰਦ ਕਰਾਉਣ, ਉਦੋਂ ਵੀ ਇਹ ਬਾਜ ਦਿਖਾਈ ਦਿੱਤੇ ਸਨ ਲਾਲ ਕਿਲ੍ਹੇ ਦੇ ਉੱਪਰ। ਇਸੇ ਤਰ੍ਹਾਂ ਹੀ ਇਹ ਬਾਜ ਹੁਣ ਵੀ ਦਿਖਾਈ ਦਿੱਤੇ ਗਏ ਛੋਟੇ ਸਾਹਿਬਜ਼ਾਦੇ ਸ਼ਹੀਦੀ ਦੇ ਉੱਪਰ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ, ਜਿਸ ਤੋਂ ਇਹ ਕਨਫਰਮੇਸ਼ਨ ਹੁੰਦੀ ਹੈ ਕਿ
ਅੱਜ ਵੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਹੀਦੀ ਸਿੰਘਾਂ ਦਾ ਔਰ ਸ਼ਹੀਦੀ ਫੌਜਾਂ ਦਾ ਉੱਥੇ ਪਹਿਰਾ ਲੱਗਿਆ ਹੋਇਆ ਹੈ ਔਰ ਸਾਹਿਬਜ਼ਾਦੇ ਅੱਜ ਵੀ ਕਿਤੇ ਨਹੀਂ ਗਏ। ਬਹੁਤ ਸਾਰੇ ਭਗਤੀ ਸਿਮਰਨ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਕਲਗੀਧਰ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰਕ ਵਿਛੋੜੇ ਦੇ ਔਰ ਸਾਹਿਬਜ਼ਾਦਿਆਂ ਦੇ ਸ਼ਹੀਦੀਆਂ ਦੇ ਦਿਨ ਚੱਲਦੇ ਹਨ ਜਿੱਥੇ ਦੇਸ਼ ਵਿਦੇਸ਼ ਔਰ ਪੰਜਾਬ ਦੇ ਵਿੱਚ ਇਹ ਦਿਨ ਸਿੱਖ ਔਰ ਪੰਜਾਬੀ ਮਨਾਉਂਦੇ ਹਨ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਵੀ ਕਰਾਏ ਜਾਂਦੇ ਹਨ। ਇਸ ਸਾਲ ਸ਼ਹੀਦੀ ਮੌਕੇ ਤੇ ਫਤਿਹ ਸਾਹਿਬਗੜ੍ਹ ਦੀ ਧਰਤੀ ਦੇ ਉੱਪਰ ਸੰਗਤਾਂ ਹੁੰਮ ਹੁਮਾ ਕੇ ਪਹੁੰਚੀਆਂ। ਸਾਹਿਬਜ਼ਾਦੇ ਦੀ ਸ਼ਹੀਦੀ ਦੇ ਵਿੱਚ ਰੱਖੇ ਗਏ ਸਮਾਗਮ ਦੇ ਉੱਪਰ ਭਾਰੀ ਸੰਗਤ ਨੇ ਹਾਜ਼ਰੀ ਭਰੀ। ਇਸ ਮੌਕੇ ਤੇ ਇੱਕ ਬੜੀ ਹੀ ਅਨੋਖੀ ਘਟਨਾ ਵਾਪਰੀ ਜੋ ਇਹ ਦਰਸਾਉਂਦੀ ਹੈ ਕਿ ਭਾਵੇਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਹਨ, ਭਾਵੇਂ ਅਨੇਕਾਂ ਹੀ ਸਿੰਘ ਸ਼ਹੀਦ ਹੋ ਗਏ ਹਨ, ਪਰ ਫਿਰ ਵੀ ਉਹਨਾਂ ਸ਼ਹੀਦਾਂ ਸਿੰਘਾਂ ਦੀਆਂ ਰੂਹਾਂ ਅੱਜ ਵੀ ਉੱਥੇ ਹੀ ਹਾਜ਼ਰ ਹਨ, ਜਿਸ ਕਾਰਨ ਉੱਥੇ ਜਾਣ ਵਾਲੀਆਂ ਸੰਗਤਾਂ ਨੂੰ ਬਹੁਤ ਜਪੀ ਤਪੀ ਰੂਹਾਂ ਨੂੰ ਉਹਨਾਂ ਦੇ ਦਰਸ਼ਨ ਵੀ ਹੁੰਦੇ ਹਨ ਔਰ ਕੁਝ ਅਜਿਹੇ ਸੰਕੇਤ ਵੀ ਮਿਲਦੇ ਹਨ ਜਿਸ ਕਾਰਨ ਅਸੀਂ ਇਹ ਪੂਰਨ ਰੂਪ ਵਿੱਚ ਕਹਿ ਸਕਦੇ ਹਾਂ ਕਿ ਉੱਥੇ ਸਿੰਘਾਂ ਦਾ ਸ਼ਹੀਦੀ ਰੂਹਾਂ ਦਾ ਪਹਿਰਾ ਲੱਗਿਆ ਹੋਇਆ ਹੈ। ਦੋ ਦਿਨ ਪਹਿਲਾਂ ਜਦੋਂ ਸਾਹਿਬਜ਼ਾਦਿਆਂ ਦੇ ਸਮਾਗਮ ਦੇ ਲਈ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਹੋਈ ਔਰ ਕੀਰਤਨ ਦਰਬਾਰ ਸੱਜੇ ਤਾਂ ਉੱਥੇ ਇੱਕ ਬੜੀ ਹੀ ਅਨੋਖੀ ਘਟਨਾ ਘਟੀ। ਗੁਰਦੁਆਰਾ ਸਾਹਿਬ ਜੀ ਦੇ ਉੱਪਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਜਾਂ ਦੇ ਵਰਗੇ ਅਨੇਕਾਂ ਹੀ ਵਾਜ ਗੁਰਦੁਆਰਾ ਸਾਹਿਬ ਜੀ ਦੇ ਆਲੇ ਦੁਆਲੇ ਚੱਕਰ ਲਗਾਉਂਦੇ ਹੋਏ ਦਿਖੇ। ਆਪ ਜੀ ਨੂੰ ਦੱਸ ਦਈਏ ਕਿ ਕਈਆਂ ਸੰਗਤਾਂ ਦਾ ਇਹ ਵੀ ਸੋਚਣਾ ਹੈ ਕਿ ਇਹ ਕੋਈ ਐਕਸੀਡੈਂਟਲੀ ਵੀ ਹੋ ਸਕਦਾ ਹੈ ਕਿ ਆਮ ਵੀ ਉੱਥੇ ਬਾਜ ਘੁੰਮ ਸਕਦੇ ਹਨ, ਪਰ ਆਪ ਜੀ ਨੂੰ ਦੱਸ ਦਈਏ ਕਿ ਕਿਉਂ ਇਹ ਅਜਿਹੇ ਸਾਹਿਬਜ਼ਾਦੇ ਸ਼ਹੀਦੀਆਂ ਦੇ ਮੌਕੇ ਦੇ ਉੱਤੇ ਜਾਂ ਪੰਜਾਬ ਦੇ ਵਿੱਚ ਹੋਰ ਅਨੇਕਾਂ ਮੁੱਖ ਕਾਰਨ ਕਰਕੇ ਹੀ ਬਾਜ ਕਿਉਂ ਦਿਖਦੇ ਹਨ। ਕਹਿੰਦੇ ਹਨ ਕਿ ਜਦੋਂ ਇੰਦਰਾ ਗਾਂਧੀ ਨੂੰ ਸਤਵੰਤ ਸਿੰਘ ਔਰ ਬੇਅੰਤ ਸਿੰਘ ਉਸ ਨੂੰ ਗੋਲੀ ਨਾਲ ਅੜਾਉਣ ਗਏ ਤਾਂ ਉਸ ਸਮੇਂ ਸਤਵੰਤ ਸਿੰਘ ਨੂੰ ਇੰਦਰਾ ਗਾਂਧੀ ਦੀ ਕੋਠੀ ਦੇ ਉੱਪਰ ਇੱਕ ਬਾਜ ਘੁੰਮਦਾ ਹੋਇਆ ਦਿਖਾਈ ਦਿੱਤਾ ਜੋ ਕਿ ਉਸ ਨੂੰ ਪਿਛਲੇ 3-4 ਦਿਨ ਤੋਂ ਦਿਖਾਈ ਦੇ ਰਿਹਾ ਸੀ। ਤਾਂ ਜਦੋਂ ਉਸਨੇ ਇਹ ਗੱਲ ਬੇਅੰਤ ਸਿੰਘ ਨਾਲ ਕੀਤੀ ਤਾਂ ਬੇਅੰਤ ਸਿੰਘ ਦਾ ਇਹ ਕਹਿਣਾ ਸੀ ਕਿ ਇਹ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਾਜ ਹੈ ਜੋ ਇਹ ਦੱਸ ਰਿਹਾ ਹੈ ਕਿ ਇਸ ਇੰਦਰਾ ਤੋਂ ਦਰਬਾਰ ਸਾਹਿਬ ਦੇ ਉੱਪਰ ਹੋਏ ਅਟੈਕ ਦਾ ਬਦਲਾ ਲਿਆ ਜਾਵੇ। ਤਾਂ ਬੇਅੰਤ ਸਿੰਘ ਨੇ ਇਹ ਦੱਸਿਆ ਤਾਂ ਸਤਵੰਤ ਸਿੰਘ ਨੇ ਅੱਗੇ ਸਵਾਲ ਕੀਤਾ ਕਿ ਉਵੇਂ ਵੀ ਇਹ ਬਾਜ ਇੱਥੇ ਘੁੰਮ ਸਕਦਾ ਹੈ, ਇਹ ਜ਼ਰੂਰੀ ਤਾਂ ਨਹੀਂ। ਤਾਂ ਕੁਝ ਦਿਨ ਬਾਅਦ ਬੰਗਲਾ ਸਾਹਿਬ ਦੇ ਵਿੱਚ ਉਹ ਜਦੋਂ ਮੱਥਾ ਟੇਕਣ ਗਿਆ ਤੇ ਉੱਥੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਉਹਨੂੰ ਬਾਜ ਘੁੰਮਦਾ ਹੋਇਆ ਦਿਖਾਈ ਦਿੱਤਾ ਜੋ ਕਿ ਪਹਿਲਾਂ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਘੁੰਮਦਾ ਰਿਹਾ, ਫਿਰ ਨਿਸ਼ਾਨ ਸਾਹਿਬ ਦੇ ਬੈਠ ਕੇ ਉਹ ਉੱਥੇ ਮਰ ਗਿਆ ਔਰ ਥੱਲੇ ਡਿੱਗ ਪਿਆ, ਜਿਸ ਤੋਂ ਬਾਅਦ ਉੱਥੇ ਸਾਰੀ ਹੀ ਸੰਗਤ ਦੇ ਵਿੱਚ ਬੜਾ ਹੀ ਡਰ ਦਾ ਮਾਹੌਲ ਪੈਦਾ ਹੋ ਗਿਆ। ਇਹ ਘਟਨਾ ਬੇਅੰਤ ਸਿੰਘ ਨੇ ਦੇਖੀ ਸੀ ਔਰ ਇਸ ਦੇ ਬਾਰੇ ਉਹਨਾਂ ਨੇ ਸਤਵੰਤ ਸਿੰਘ ਨੂੰ ਦੱਸਿਆ ਸੀ। ਜਦੋਂ ਸਤਵੰਤ ਸਿੰਘ ਨੇ ਇਹ ਗੱਲ ਸੁਣੀ ਤਾਂ ਸਤਵੰਤ ਸਿੰਘ ਨੇ ਆਪਣੇ ਮਨ ਵਿੱਚ ਇਹ ਖਿਆਲ ਕੀਤਾ, ਅਗਰ ਇਹ ਵਾਕਈ ਹੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਾਜ ਹੈ ਤਾਂ ਇਹ ਕਹਿ ਰਿਹਾ ਕਿ ਇੰਦਰਾ ਗਾਂਧੀ ਤੋਂ ਦਰਬਾਰ ਸਾਹਿਬ ਦਾ ਅਟੈਕ ਦਾ ਬਦਲਾ ਲਿਆ ਜਾਵੇ, ਇਸ ਇੰਦਰਾ ਨੂੰ ਮਾਰਿਆ ਜਾਵੇ, ਤਾਂ ਫਿਰ ਇਹ ਬਾਜ ਮੇਰੇ ਹੱਥ ਦੇ ਉੱਪਰ ਆ ਕੇ ਬੈਠ ਜਾਵੇ। ਤਾਂ ਇਸ ਤਰ੍ਹਾਂ ਉਹ ਬੇਅੰਤ ਸਿੰਘ ਨੇ ਆਪਣਾ ਹੱਥ ਉੱਪਰ ਕਰਕੇ ਖੜਾ ਹੋ ਗਿਆ। ਤਾਂ ਬਾਜ ਇਕਦਮ ਇੰਦਰਾ ਦੀ ਕੋਠੀ ਤੋਂ ਉੱਠਿਆ ਔਰ ਉਸ ਕੋਠੀ ਦੇ ਆਲੇ ਦੁਆਲੇ ਉਸਨੇ ਚੱਕਰ ਲਗਾਇਆ, ਫਿਰ ਉਹ ਬਾਜ ਬੇਅੰਤ ਸਿੰਘ ਦੇ ਹੱਥ ਦੇ ਉੱਪਰ ਆ ਕੇ ਬੈਠ ਗਿਆ। ਤਾਂ ਬੇਅੰਤ ਸਿੰਘ ਬੜਾ ਹੈਰਾਨ ਹੋਇਆ ਕਿ ਇਹ ਬਹਾਨਾ ਕੀ ਵਰਤਿਆ, ਜਿਸ ਤੋਂ ਬਾਅਦ ਫਿਰ ਸਤਵੰਤ ਸਿੰਘ ਔਰ ਬੇਅੰਤ ਸਿੰਘ ਨੇ ਇੰਦਰਾ ਤੋਂ ਉਸਦੇ ਕੀਤੇ ਹੋਏ ਦਰਬਾਰ ਸਾਹਿਬ ਦੇ ਉੱਪਰ ਅਟੈਕ ਔਰ ਗੁਨਾਹ ਦਾ ਬਦਲਾ ਲਿਆ। ਇਸੇ ਤਰ੍ਹਾਂ ਹੀ ਜਦੋਂ ਜਦੋਂ ਵੀ ਅਜਿਹੀਆਂ ਘਟਨਾਵਾਂ ਘਟਦੀਆਂ ਹਨ, ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਾਜ ਥਾਂ ਥਾਂ ਤੇ ਦਿਖਦਾ ਹੈ। ਦਿੱਲੀ ਵਿੱਚ ਜਦੋਂ ਕਿਸਾਨਾਂ ਦੀਆਂ ਔਰ ਨਿਹੰਗ ਸਿੰਘ ਦੀਆਂ ਫੌਜਾਂ ਪਹੁੰਚੀਆਂ ਸਨ
ਬਿੱਲ ਨੂੰ ਬੰਦ ਕਰਾਉਣ ਉਦੋਂ ਵੀ ਇਹ ਬਾਜ ਦਿਖਾਈ ਦਿੱਤੇ ਸਨ ਲਾਲ ਕਿਲੇ ਦੇ ਉੱਪਰ। ਇਸੇ ਤਰ੍ਹਾਂ ਹੀ ਇਹ ਬਾਜ ਹੁਣ ਵੀ ਦਿਖਾਈ ਦਿੱਤੇ ਗਏ ਛੋਟੇ ਸਾਹਿਬਜ਼ਾਦੇ ਸ਼ਹੀਦੀ ਦੇ ਉੱਪਰ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ, ਜਿਸ ਤੋਂ ਇਹ ਕਨਫਰਮੇਸ਼ਨ ਹੁੰਦੀ ਹੈ ਕਿ ਅੱਜ ਵੀ